ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਸੀਨੀਅਰ ਸਕੂਲ ਸੀਨੀਅਰ ਸਕੂਲ ਕਲਾਸਿਸ ਦੀ ਇੰਗਲਿਸ਼ ਦੀ ਬੁੱਕ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਉਸ ਦਾ ਲੈਸਨ ਨੰਬਰ 11 ਨੋਟਿਸ ਰਾਈਟਿੰਗ ਉਸ ਦੀ ਅਗਲੀਆਂ ਦੋ ਐਕਸਰਸਾਈਜ਼ 3 ਐਂਡ 4 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਸੋ ਤੁਸੀਂ ਸਾਰੇ ਨੋਟਬੁੱਕ ਤੇ ਪੈਨ ਲੈ ਲਓ ਤੇ ਇਹਨਾਂ ਨੋਟਿਸਿਸ ਨੂੰ ਤੁਸੀਂ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਤੇ ਮਗਰੋਂ ਦੀ ਇਹਨਾਂ ਨੂੰ ਆਪਣੇ ਆਪ ਬਿਨਾਂ ਦੇਖੇ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਇਸੇ ਚੈਨਲ ਦੇ ਉੱਤੇ ਇੱਕ 11th ਕਲਾਸ ਦੀ ਹੋਰ ਪਲੇਲਿਸਟ ਹੈ 11th ਇੰਗਲਿਸ਼ ਜਿਹਦੇ ਵਿੱਚ ਤੁਹਾਡੀ ਬੁੱਕ ਅ ਪੈਨੋਰਾਮਾ ਆਫ ਲਾਈਫ ਉਹਦੇ ਲੈਸਨਸ ਤਿਆਰ ਕਰਕੇ ਪਾਏ ਜਾ ਰਹੇ ਨੇ ਸੋ ਤੁਸੀਂ ਉਹਦਾ ਲਾਭ ਵੀ ਲੈ ਸਕਦੇ ਹੋ ਜਿਹੜੇ ਬੱਚਿਆਂ ਕੋ ਮੈਥ ਹੈ ਤੇ ਇੱਕ ਪਲੇਲਿਸਟ ਹੋ ਰਿਹਾ ਹੈ 11th ਮੈਥ ਜਿਹਦੇ ਵਿੱਚ ਤਕਰੀਬਨ 3 ਜਾਂ 4 ਚੈਪਟਰ ਦੇ ਮੈਥ ਦੇ ਸਵਾਲ ਹੱਲ ਕਰਕੇ ਪਾਏ ਗਏ ਨੇ ਸੋ ਤੁਸੀਂ ਉਹ ਵੀ ਦੇਖ ਸਕਦੇ ਹੋ ਸੋ ਸ਼ੁਰੂ ਕਰੀਏ ਸੋ ਨੋਟਿਸ ਨੰਬਰ 3 ਦੀ ਜੋ ਤਿਆਰੀ ਹੈ ਐਕਸਰਸਾਈਜ਼ ਯੂ ਆਰ ਪ੍ਰੀਆ ਮੰਨ ਲਓ ਤੁਸੀਂ ਪ੍ਰੀਆ ਹੋ ਤੁਹਾਡਾ ਨਾਮ ਪ੍ਰੀਆ ਹੈ ਤੇ ਤੁਸੀਂ ਕੀ ਹੈਗੇ ਉਹਦੀ ਹੈਡ ਗਰਲ ਆਫ ਐਸਟੀ ਪਬਲਿਕ ਸਕੂਲ ਮੋਗਾ ਸੋ ਮੋਗਾ ਦੇ ਜੋ ਮੋਗਾ ਦਾ ਜੋ ਐਸਟੀ ਪਬਲਿਕ ਸਕੂਲ ਹੈ ਉਹ ਸਕੂਲ ਵਿੱਚ ਤੁਸੀਂ ਹੈਡ ਗਰਲ ਹੈਗੇ ਹੋ ਯੂਅਰ ਸਕੂਲ ਇਜ਼ ਆਰਗੇਨਾਈਜ਼ਿੰਗ ਐਨਵਲ ਡੇ ਫੰਕਸ਼ਨ ਤੁਹਾਡਾ ਸਕੂਲ ਇੱਕ ਐਨਵਲ ਡੇ ਫੰਕਸ਼ਨ ਕਰਨ ਜਾ ਰਿਹਾ ਹੈ ਮਣੀ ਇੱਕ ਨਹੀਂ ਮਣੀ ਐਨਵਲ ਡੇ ਫੰਕਸ਼ਨ ਜੋ ਸਕੂਲ ਦਾ ਹੁੰਦਾ ਐਨਵਲ ਡੇ ਫੰਕਸ਼ਨ ਕਰਨ ਜਾ ਰਿਹਾ ਹੈ ਯੂਅਰ ਸਕੂਲ ਐਕਟੀਵਿਟੀਜ਼ ਇਨਚਾਰਜ ਹੈਜ਼ ਆਸਕ ਯੂ ਤੇ ਜਿਹੜੀ ਸਕੂਲ ਦੀ ਐਕਟੀਵਿਟੀਜ਼ ਦਾ ਜੋ ਇਨਚਾਰਜ ਹੈ ਕੋਈ ਟੀਚਰ ਹੋ ਸਕਦਾ ਉਹਨੇ ਤੁਹਾਨੂੰ ਕਿਹਾ ਹੈ ਐਸ ਆਸਕ ਯੂ ਟੂ ਕਾਲ ਅ ਮੀਟਿੰਗ ਕਿ ਇੱਕ ਮੀਟਿੰਗ ਸੱਦੋ ਕੌਣ ਤੁਸੀਂ ਇੱਕ ਮੀਟਿੰਗ ਸੱਦੋ ਕਿ ਦੀ ਆਫ ਆਲ ਦੀ ਮੈਂਬਰਸ ਆਫ ਦੀ ਸਕੂਲ ਸਟੂਡੈਂਟਸ ਕਾਉਂਸਲ ਸਕੂਲ ਸਟੂਡੈਂਟਸ ਕਾਉਂਸਲ ਦੇ ਸਾਰੇ ਮੈਂਬਰਾਂ ਦੀ ਮੀਟਿੰਗ ਸੱਦੋ ਕਾਦਰ ਲਈ ਟੂ ਅਲੋਕੇਟ ਡਿਫਰੈਂਟ ਡਿਊਟੀਆਂ ਫਾਰ ਦੀ ਐਨੂਅਲ ਡੇ ਫੰਕਸ਼ਨ ਤਾਂ ਕਿ ਜਿਹੜਾ ਐਨੂਅਲ ਡੇ ਫੰਕਸ਼ਨ ਆਣਾ ਹੈ ਉਹਦੇ ਵਿਸਥੇ ਜਿਹੜੀਆਂ ਵਕਫ ਵਕ ਡਿਊਟੀਆਂ ਲੱਗਣੀਆਂ ਨੇ ਉਹ ਡਿਊਟੀਆਂ ਦੀ ਜੋ ਵੰਡ ਕਰਨੀ ਹੈ ਅਲੋਕੇਟ ਮੈਨੂੰ ਦਾ ਵੰਡ ਕਰਨੀ ਕਿ ਤੂੰ ਇਹ ਕੰਮ ਕਰੇਗਾ ਤੂੰ ਇਹ ਕੰਮ ਕਰੇਗਾ ਤੂੰ ਇਹ ਕੰਮ ਕਰੇਗਾ ਇਹਨੂੰ ਕਹਿੰਦੇ ਨੇ ਅਲੋਕੇਸ਼ਨ ਸੋ ਇਹਨੂੰ ਕਹਿੰਦੇ ਟੂ ਅਲੋਕੇਟ ਵਰਬ ਹੋ ਗਈ ਤੇ ਅਲੋਕੇਸ਼ਨ ਨਾਉਨ ਹੋ ਗਿਆ ਠੀਕ ਹੈ ਸੋ ਕਹਿੰਦੇ ਡਰਾਫਟ ਅ ਨੋਟਿਸ ਨੋਟਿਸ ਤਿਆਰ ਕਰੋ ਫਾਰ 올 ਦੀ ਮੈਂਬਰ ਸਾਰੇ ਮੈਂਬਰਾਂ ਲਈ ਟੂ ਅਟੈਂਡ ਦੀ ਮੀਟਿੰਗ ਕੀ ਮੀਟਿੰਗ ਅਟੈਂਡ ਕਰਨ ਤੇ ਪੁੱਟ ਦੀ ਨੋਟਿਸ ਇਨ ਬਾਕਸ ਸੋ ਸ਼ੁਰੂ ਕਰੀਏ ਇੱਥੇ ਬੱਚਿਓ ਖਿਆਲ ਇਹ ਰੱਖਣਾ ਹੈ ਅੱਗੇ ਵਧਣ ਤੋਂ ਪਹਿਲਾਂ ਦੱਸਣਾ ਕਿ ਜਿਹੜਾ ਟਾਈਟਲ ਆਏਗਾ ਉਹ ਐਨੂਅਲ ਡੇ ਫੰਕਸ਼ਨ ਨਹੀਂ ਆਏਗਾ ਟਾਈਟਲ ਆਏਗਾ ਮੀਟਿੰਗ ਦਾ ਕਿਉਂਕਿ ਐਨੂਅਲ ਡੇ ਫੰਕਸ਼ਨ ਤੇ ਹਾਲੇ ਹੋਣਾ ਹੈ ਉਹਦੇ ਵਾਸਤੇ ਡਿਊਟੀਆਂ ਦੀ ਜੋ ਵੰਡ ਹੋਣੀ ਹੈ ਉਹਦੇ ਲਈ ਮੀਟਿੰਗ ਸੰਦੀ ਰਹੀ ਹੈ ਸੋ ਬੱਚੇ ਪਹਿਲੇ ਤਾਂ ਬਾਕਸ ਬਣਾ ਲੈਣਾ ਕਿ ਜਿਹੜਾ ਨੋਟਿਸ ਹੈਗਾ ਉਹ ਹਮੇਸ਼ਾ ਬਾਕਸ ਦੇ ਵਿੱਚ ਪਾਇਆ ਜਾਂਦਾ ਸੋ ਇਹਦਾ ਬਾਕਸ ਤਿਆਰ ਕਰ ਲੈਣਾ ਤੁਸੀਂ ਉੱਤੇ ਆ ਜਾਏਗਾ ਜੋ ਜੋ ਤੁਹਾਡਾ ਸਕੂਲ ਏ ਜੋ ਚ ਤੁਹਾਡੇ ਸਵਾਲ ਵਿੱਚ ਦੱਸਿਆ ਹੈ ਕੁਐਸਚਨ ਵਿੱਚ ਕੀ ਆ ਗਿਆ ਉਹਨਾਂ ਨੇ ਜੇ ਨਹੀਂ ਮੈਂਸ਼ਨ ਕੀਤਾ ਫਿਰ ਤੁਸੀਂ ਆਪਣਾ ਸਕੂਲ ਲਿਖ ਲਵੋ ਪਰ ਇੱਥੇ ਮੈਂਸ਼ਨ ਕੀਤਾ ਵੀ ਤੁਸੀਂ ਪ੍ਰਿਆ ਹੈਗੇ ਹੋ ਤੁਸੀਂ ਹੈੱਡ ਗਰ ਲੈ ਗਏ ਸੋ ਇੱਥੇ ਪ੍ਰੀਆ ਹੈੱਡ ਗਰ ਥੱਲੇ ਇਹ ਉੱਪਰ ਐਸ.ਡੀ. ਦਾ ਮਨ ਅਸਾਈਨਡ ਹੈ ਤੁਹਾਡੇ ਸਾਈਨ ਹੋਣਗੇ ਇੱਥੇ ਜੋ ਹੈੱਡ ਗਰ ਪ੍ਰੀਆ ਦੇ ਉਹ ਕਰਨ ਦੀ ਲੋੜ ਨਹੀਂ ਹੈਗੀ ਮਤਲਬ ਕਿ ਉਹ ਸਿਰਫ ਇੱਥੇ ਐਸ.ਡੀ. ਲਿਖ ਦਿਓ ਕਿ ਸਾਈਨ ਕੀਤਾ ਹੋਇਆ ਤੇ ਇੱਥੇ ਐਸ.ਡੀ. ਪਬਲਿਕ ਸਕੂਲ ਕੋਮਾ ਮੋਗਾ ਨੋਟਿਸ ਫੈਬਰੂਰੀ 3 2022 ਜੋ ਡੇਟ ਜਿਸ ਦਿਨ ਤੁਸੀਂ ਨੋਟਿਸ ਲਿਖ ਰਹੇ ਹੋ ਉਦੋਂ ਦੀ ਡੇਟ ਪਾ ਲਓ ਉਹ ਤੋਂ ਅਗਲੇ ਦਿਨ ਦੀ ਪਾ ਲਓ ਜਿਸ ਦਿਨ ਪੇਪਰ ਹੈ ਉਣੀ ਡੇਟ ਪਾ ਲਓ ਤੇ ਮੀਟਿੰਗ ਆਫ ਸਕੂਲ ਸਟੂਡੈਂਟਸ ਕਾਉਂਸਲ ਬੱਚੋ ਹੈ ਉੱਪਰ ਜਿਹੜਾ ਟਾਈਟਲ ਹੈਗਾ ਸੰਸਥਾ ਦਾ ਸਕੂਲ ਦਾ ਆਫਿਸ ਦਾ ਤੇ ਸ਼ਬਦ ਨੋਟਿਸ ਤੇ ਜਿਹੜਾ ਟਾਈਟਲ ਹੈਗਾ ਇਹ ਸਾਰੇ ਕੈਪੀਟਲ ਲੈਟਰ ਵਿੱਚ ਆਣਗੇ ਤਾਂ ਕਿ ਮੋਟਾ-ਮੋਟਾ ਸਿੱਧਾ ਮੰਦਰਾ ਧਿਆਨ ਉੱਤੇ ਜਾਵੇ ਠੀਕ ਹੈ ਇੱਥੇ ਤਰੀਕ ਜ਼ਰੂਰ ਪਾਣੀ ਹੈ ਇਹ ਜਿਹੜਾ ਸਟਰਕਚਰ ਹੈਗਾ ਉੱਪਰ ਸੰਸਥਾ ਦਾ ਨਾਮ ਨੋਟਿਸ ਫਿਰ ਤੇ ਡੇਟ ਤੇ ਫਿਰ ਟਾਈਟਲ ਇਹ ਬੜਾ ਜ਼ਰੂਰੀ ਹੈ ਜੇ ਤੁਸੀਂ ਇਹਦੇ ਵਿੱਚ ਕੋਈ ਕਾਈ ਕਰ ਦੋਗੇ ਤੇ ਤੁਹਾਡੇ ਨੰਬਰ ਕੱਟੇ ਜਾਣਗੇ ਠੀਕ ਹੈ ਸੋ ਉਹਨਾਂ ਹੈਗੀ ਬਾਡੀ ਮਤਲਬ ਕਿ ਮੇਨ ਜੋ ਹੈਗਾ ਜਿਹੜੇ ਕਿ 50 ਸ਼ਬਦਾਂ ਤੋਂ ਜ਼ਿਆਦਾ ਨਹੀਂ ਜਾਣਾ ਚਾਹੀਦਾ ਛੋਟਾ ਤੋਂ ਛੋਟਾ ਹੋਣਾ ਚਾਹੀਦਾ ਸੋ ਆਲ ਦੀ ਮੈਂਬਰਸ ਆਫ ਦੀ ਕਾਉਂਸਲ ਆਰ ਹੇਅਰ ਬਾਈ ਇਨਫਾਰਮਡ ਅਰਥਾਤ ਕਾਉਂਸਲ ਦੇ ਸਾਰੇ ਮੈਂਬਰਾਂ ਨੂੰ ਇਹ ਅਗਾ ਕੀਤਾ ਜਾਂਦਾ ਹੈ ਜਾਣਕਾਰੀ ਦਿੱਤੀ ਜਾਂਦੀ ਹੈ ਥੈਟ ਅ ਮੀਟਿੰਗ ਵਿਲ ਬੀ ਹੈਲਡ ਕਿ ਮੀਟਿੰਗ ਰੱਖੀ ਜਾਏਗੀ ਇੰਦੀ ਲਾਇਬ੍ਰੇਰੀ ਲਾਇਬ੍ਰੇਰੀ ਵਿੱਚ ਮੈਂ ਲਾਇਬ੍ਰੇਰੀ ਲਿਖ ਦਿੱਤਾ ਤੁਸੀਂ ਟੀਚਰਸ ਆਫਿਸ ਰੂਮ ਲਿਖ ਲਓ ਜਾਂ ਕੋਈ ਫਲਾਨੀ ਕਲਾਸ ਜਿਹੜੀ ਖਾਲੀ ਉਹ ਲਿਖ ਲਓ ਉਹ ਕੋਈ ਕੁਝ ਵੀ ਲਿਖ ਸਕਦੇ ਹੋ ਠੀਕ ਹੈ ਔਨ ਫੈਬਰੂਰੀ 7 ਸੋ ਐ ਤਰੀਕ ਤੋਂ ਬਾਅਦ ਤਰੀਕ ਆਣੀ ਚਾਹੀਦੀ ਹੈ ਉਹਲੀ ਇਸ ਗੱਲ ਦਾ ਖਿਆਲ ਰੱਖਣਾ ਹੈ ਨਾ ਵੀ ਕਿ ਐ ਤਰੀਕ ਪਿਛਲੀ ਹੋ ਅਗਲੀ ਹੋਵੇ ਤੇ ਇਹ ਪਿਛਲੀ ਹੋ ਜਾਏ ਠੀਕ ਹੈ ਨਾ 1 ਫਿਬਰੂਰੀ 7 2022 ਐਟ 10 एएम ਟਾਈਮ ਵੀ ਲਿਖ ਦੇਣਾ ਸਵੇਰੇ 10 ਵਜੇ ਫਿਰ ਨਾਲ ਅਜੰਡਾ ਲਿਖਣਾ ਵੀ ਮੀਟਿੰਗ ਛੋਏਗਾ ਕੀ ਦੀ ਅਜੰਡਾ ਆਫ ਦੀ ਮੀਟਿੰਗ ਵਿਲ ਬੀ ਦੀ ਅਲੋਕੇਸ਼ਨ ਅਲੋਕੇਸ਼ਨ ਮੈਨੇ ਵੰਡ ਆਫ ਡਿਫਰੈਂਟ ਡਿਊਟੀਆਂ ਫਾਰ ਦੀ ਅਪਕਮਿੰਗ ਆਉਣ ਵਾਲਾ ਐਨਵਲ ਡੇ ਫੰਕਸ਼ਨ ਜਿਹੜਾ ਐਨਵਲ ਡੇ ਫੰਕਸ਼ਨ ਆ ਰਿਹਾ ਹੈ ਉਹਦੇ ਲਈ ਜੋ ਡਿਊਟੀਆਂ ਦੀ ਵੰਡ ਕਰਨੀ ਹੈ ਮੀਟਿੰਗ ਵਿੱਚ ਇਸ ਗੱਲ ਦੀ ਚਰਚਾ ਕੀਤੀ ਜਾਏਗੀ ਅਜੰਡਾ ਇਹ ਹੋਏਗਾ ਫਿਰ 올 ਦੀ ਮੈਂਬਰਸ ਆ ਰਿਕੁਐਸਟਡ ਟੂ ਅਟੈਂਡ ਦਾ ਮੀਟਿੰਗ ਸਾਰੇ ਮੈਂਬਰਾਂ ਨੂੰ ਮੀਟਿੰਗ ਵਿੱਚ ਸ਼ਿਰਕਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਸੋ ਸਾਈਨ ਪ੍ਰਿਆ ਹੈਡਗਰ ਇਹ ਹੋ ਗਿਆ ਤੁਹਾਡਾ ਨੋਟਿਸ ਤਿਆਰ ਠੀਕ ਹੈ ਜੀ ਅੱਗੇ ਚਲੀਏ ਹੁਣ ਆ ਗਿਆ ਕੁਐਸਚਨ ਨੰਬਰ 4 ਸਪੋਜ਼ ਯੂ ਆਰ ਅਕਸ਼ੇ ਹੁਣ ਮੰਨ ਲਓ ਤੁਸੀਂ ਅਕਸ਼ੇ ਹੈਗੇ ਹੋ ਜਦੋਂ ਬੱਚੇ ਇਦਾਂ ਦਿੱਤਾ ਹੋਏ ਫਿਰ ਤੁਹਾਨੂੰ ਇਹੀ ਨਾਮ ਲਿਖਣਾ ਪਏਗਾ ਜਦੋਂ ਇਦਾਂ ਕੁਛ ਨਹੀਂ ਲਿਖਿਆ ਜੇ ਸਿੱਧਾ ਕਰਨ ਪ੍ਰਪੇਅਰ ਅ ਨੋਟਿਸ ਫੋਰ ਸੋ ਐਂਡ ਸੋ ਫਿਰ ਤੁਸੀਂ ਆਪਣਾ ਨਾਮ ਜਾਂ ਕੋਈ ਕਲਪਿਤ ਨਾਮ ਲਿਖ ਸਕਦੇ ਹੋ ਤੇ ਸਕੂਲ ਸੰਸਥਾ ਵੀ ਕੋਈ ਜਿਹੜੇ ਬਾਰੇ ਉਹ ਕਹਿ ਰਹੇ ਨੇ ਉਹ ਤੁਸੀਂ ਕੋਈ ਵੀ ਬਣਾ ਕੇ ਲਿਖ ਸਕਦੇ ਹੋ ਪਰ ਇੱਥੇ ਤੁਹਾਡਾ ਕੰਮ ਸੌਖਾ ਹੋ ਗਿਆ ਨੇ ਦੱਸ ਦਿੰਦਾ ਸਪੋਜ਼ ਯੂ ਆਰ ਅਕਸ਼ੇ ਤੁਸੀਂ ਅਕਸ਼ੇ ਹੈਗੇ ਹੋ ਯੂ ਆਰ ਸੈਕਟਰੀ ਤੁਸੀਂ ਸਕੱਤਰ ਹੈਗੇ ਹੋ ਕਾਦੇ ਆਫ ਆਰਿਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਸੋ ਲਿਖਾਣੇ ਦੇ ਆਰਿਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਸਖਤਰ ਹੈਗੇ ਹੋ ਰਾਈਟ ਆ ਨੋਟਿਸ ਫਾਰ ਦੀ ਸਟੂਡੈਂਟਸ ਵਿਦਿਆਰਥੀਆਂ ਲਈ ਇੱਕ ਨੋਟਿਸ ਲਿਖੋ ਇਨਫਾਰਮਿੰਗ 뎀 ਉਹਨਾਂ ਨੂੰ ਜਾਣਕਾਰੀ ਦਿੰਦੇ ਹੋਏ ਦੀ ਡਿਟੇਲਸ ਵੇਰਵਾ ਆਫ ਐਨ ਇੰਟਰ ਸਕੂਲ ਸਾਇੰਸ ਕੁਇਜ਼ ਸੌਰੀ ਇੰਟਰ ਕਲਾਸ ਇੰਟਰ ਕਲਾਸ ਦਾ ਮਤਲਬ ਕੀ ਸਕੂਲ ਦੇ ਅੰਦਰਲੀ ਜਿਹੜੀ ਕਲਾਸਾਂ ਨੇ ਉਹਨਾਂ ਦੇ ਵਿੱਚ ਲਾ ਉਹਨਾਂ ਦੇ ਸੈਕਸ਼ਨਸ ਦਾ ਜਿਹੜਾ ਹੋਏਗਾ ਉਹ ਸਾਇੰਸ ਕੁਇਜ਼ ਟੂ ਬੀ ਆਰਗੇਨਾਈਜ਼ਡ ਇਨ ਯੂਅਰ ਸਕੂਲ ਤੁਹਾਡੇ ਸਕੂਲ ਵਿੱਚ ਜਿਹੜਾ ਸਾਇੰਸ ਕੁਇਜ਼ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਉਹਦੇ ਬਾਰੇ ਤੁਸੀਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਨੋਟਿਸ ਤਿਆਰ ਕਰੋ ਸੋ ਦੇਖੀਏ ਸੋ ਇਦਾਂ ਲਿਖ ਲਿਆ ਆ ਰਿਹਾ ਹੈ ਮਾਡਲਸ ਤੇ ਪਹਿਲੇ ਡੱਬਾ ਬਣਾਉਣਾ ਬੜਾ ਜ਼ਰੂਰੀ ਹੈ ਬਾਕਸ ਇਜ਼ ਵੈਰੀ ਇੰਪੋਰਟੈਂਟ ਕਿਉਂਕਿ ਨੋਟਿਸ ਹਮੇਸ਼ਾ ਬਾਕਸ ਵਿੱਚ ਲਿਖਿਆ ਜਾਂਦਾ ਹੈ ਸੋ ਆ ਰਿਹਾ ਹੈ ਮਾਡਲ ਸੀਨੀਅਰ ਸਕੂਲ ਕਹਾਵਨ ਲੁਧਿਆਣਾ ਠੀਕ ਹੈ ਇਹ ਤੇ ਹੋ ਗਿਆ ਜਿਹੜਾ ਸਕੂਲ ਦਾ ਨੋਟਿਸ ਹੈ ਫਿਰ ਆ ਗਿਆ ਨੋਟਿਸ ਇਹ ਕੈਪੀਟਲ ਲੈਟਰ ਵਿੱਚ ਨੋਟਿਸ ਵੀ ਕੈਪੀਟਲ ਲੈਟਰ ਵਿੱਚ फिर डेट आ गई फेबर ट्वेंटी सिक्स टू थाउजेंड ट्वेंटी टू इंटर क्लास साइंस क्विज एव नोटिस लेख है टाइटल है हम अगे आ इट इज टू इनफॉर्म ऑल द स्टूडेंट्स दैट दी स्कूल इज ऑर्गेनाइजिंग एंड इंटर क्लास साइंस क्विज फॉर स्टूडेंट्स ऑफ क्लासेस फ्रॉम सिक्स टू टेन ठीक है बचियो क्योंकि दसवीं तक सैंस सारे को ਤੇ ਸਾਰੇ ਬੱਚੇ ਵੱਧ ਤੋਂ ਵੱਧ ਬੱਚੇ ਇੱਥੇ ਪਾਰਟਿਸਿਪੇਟ ਕਰ ਸਕਣਗੇ ਅੱਗੇ 11ਵੀਂ 12ਵੀਂ ਚ ਲੈ ਕੇ ਫਿਰ ਬੱਚੇ ਕੋਈ ਕਾਮਰਸ ਲੈ ਲੈਂਦਾ ਤੇ ਕੋਈ ਆਪਣਾ ਆਰਟਸ ਲੈ ਲੈਂਦਾ ਹੋਮੈਨ ਕੋਈ ਸਾਇੰਸ ਲੈ ਲੈਂਦਾ ਠੀਕ ਹੈ ਸੋ ਇਸ ਕਰਕੇ ਮੈਂ 6 ਤੋਂ 10 ਲਿਖਿਆ ਤੁਸੀਂ ਕੁਝ ਹੋਰ ਵੀ ਲਿਖ ਸਕਦੇ ਹੋ ਇਹ ਜ਼ਰੂਰੀ ਨਹੀਂ ਹੈ ਤੇ ਉਹਨਾਂ ਨੇ ਦੱਸਿਆ ਨਹੀਂ ਹੋਇਆ ਇਹ ਮੈਂ ਆਪਣੇ ਆਪਣੇ ਵੱਲੋਂ ਸੋਚ ਕੇ ਦਾ ਲਿਖਿਆ ਸੋ ਤੁਸੀਂ ਵੀ ਇਹਨੂੰ ਇਨਵਨ ਵੀ ਲਿਖ ਸਕਦੇ ਹੋ ਤੇ ਥੋੜਾ ਇਹ ਚ ਫੇਰ ਬਦਲ ਵੀ ਕਰ ਸਕਦੇ ਹੋ ਸੋ ਇਟ ਇਜ਼ ਇਨ ਫਾਰਮ ਆਫ ਦ ਸਟੂਡੈਂਟਸ ਸਾਰੇ ਸਕੂਲਾਂ ਨੂੰ ਜਾਂ ਇਹ ਸਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਸਕੂਲ ਇੱਕ ਇੰਟਰ ਕਲਾਸ ਅੰਤਰ ਕਲਾਸ ਅੰਤਰ ਜਮਾਤੀ ਸਾਇੰਸ ਕੁਇਜ਼ ਮੁਕਾਬਲਾ ਜਿਹੜਾ ਵਿਗਿਆਨ ਦਾ ਮੁਕਾਬਲਾ ਵਿਦਿਆਰਥੀਆਂ ਲਈ ਕਰਨ ਜਾ ਰਿਹਾ ਹੈ ਕਿਹੜੇ ਵਿਦਿਆਰਥੀਆਂ ਨੇ ਸਟੂਡੈਂਟਸ ਆਫ ਕਲਾਸਿਸ ਫਰੋਮ 6 ਟੂ 8 6 ਟੂ 10 6ਵੀਂ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਦੇ ਬੱਚਿਆਂ ਲਈ ਸਾਇੰਸ ਦਾ ਕੁਇਜ਼ ਕਰਨ ਜਾ ਰਿਹਾ ਹੈ ਕਿੱਥੇ ਇਨ ਦੀ ਸਕੂਲ ਆਡੀਟੋਰੀਅਮ ਸਕੂਲ ਦੇ ਹਾਲ ਵਿੱਚ ਸਕੂਲ ਦੇ ਆਡੀਟੋਰੀਅਮ ਵਿੱਚ ਕਦੋਂ ਔਨ ਮਾਰਚ 13 13 ਮਾਰਚ ਨੂੰ ਫਰੋਮ 10 ਏਮ ਟੂ 1 ਪੀਐਮ ਸੋ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ 3 ਘੰਟੇ ਚੱਲੇਗਾ ਸਟੂਡੈਂਟਸ ਡਿਜ਼ਾਇਰਸ ਡਿਜ਼ਾਇਰਸ ਆਫ ਵਿਲਿੰਗ ਚਾਹਵਾਨ ਜਿਹੜੇ ਇੱਛਾ ਰੱਖਦੇ ਹਨ ਕਾਦੀ ਆਫ ਪਾਰਟਿਸਿਪੇਟਿੰਗ ਜੋ ਇਹ ਹਿੱਸਾ ਲੈਣਾ ਚਾਹੁੰਦੇ ਹਨ ਸਟੂਡੈਂਟਸ ਡਿਜ਼ਾਇਰਸ ਆਫ ਪਾਰਟਿਸਿਪੇਟਿੰਗ ਸ਼ੁੱਡ ਗਿਵ THEIR ਨੇਮਸ ਟੂ THEIR ਕਲਾਸ ਟੀਚਰਸ ਉਹਨਾਂ ਨੂੰ ਆਪਣੇ ਨਾਂ ਆਪਣੀ ਕਲਾਸ ਟੀਚਰ ਨੂੰ ਦੇ ਦੇਣੇ ਚਾਹੀਦੇ ਹਨ ਕਿ ਫਿਰ ਅਗੇ ਲਿਖਿਆ ਹੈ ਦੀ ਫਾਈਨਲ ਸਿਲੈਕਸ਼ਨ ਆਫ ਟੀਮਸ ਵਿਲ ਬੀ ਔਨ ਮਾਰਚ 7 ਤੇ ਜਿਹੜੇ ਬੱਚੇ ਆਪਣੇ ਨਾਮ ਦੇਣਗੇ ਟੀਚਰਾਂ ਨੂੰ ਉਹ ਫਿਰ ਕੀ ਹੋਏਗਾ ਬਹੁਤ ਬੱਚੇ ਬਹੁਤ ਸਾਰੇ ਹੋ ਜਾਣਗੇ ਕਈ ਉਦਾਂ ਹੀ ਨਾਮ ਦੇਣਗੇ ਤੇ ਫਿਰ ਉਹਦੇ ਵਿੱਚੋਂ ਜਿਹੜੇ ਟੀਚਰਸ ਨੇ ਜਾਂ ਜਿਹੜੇ ਬੰਦੇ ਇੰਚਾਰਜ ਨੇ ਉਹ ਕੀ ਕਰਨਗੇ ਫਾਈਨਲ ਟੀਮਾਂ ਦਾ ਚੋਣ ਕਰਨਗੇ 7 ਮਾਰਚ ਨੂੰ ਜਿਹੜੀ ਫਾਈਨਲ ਟੀਮਾਂ ਆਣਗੀਆਂ ਅਲੱਗ-ਅਲੱਗ ਕਲਾਸਾਂ ਦੀਆਂ ਜਿਹੜੇ ਹਰ ਕਲਾਸ ਚੋਂ ਬੱਚੇ ਚੁਣੇ ਜਾਣਗੇ ਜਾਂ ਗਰੁੱਪ ਚੋਂ ਚੁਣੇ ਜਾਣਗੇ ਉਹਨਾਂ ਦਾ ਫਿਰ ਜਿਹੜਾ ਫਾਈਨਲ ਕੁਇਜ਼ ਜਿਹੜਾ ਹੈ ਉਹ 13 ਮਾਰਚ ਨੂੰ ਹੋਏਗਾ ਸੋ ਇਹ ਇੰਨੀ ਜਾਣਕਾਰੀ ਪੂਰੀ ਆ ਗਈ ਹੈ ਜੀ ਕਦੋਂ ਹੋਣਾ ਮਾਰਚ 13 ਨੂੰ ਹੋਣਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ 10am ਤੋਂ 1pm ਤੱਕ ਹੋਣਾ ਤੇ ਇਹ ਪ੍ਰੋਸੀਡਿਗ ਦਾ ਕਰਨਾ ਹੈ ਬੱਚੇ ਜਿਹੜੇ ਹਿੱਸਾ ਲੈਣਾ ਚਾਹੁੰਦੇ ਨੇ ਆਪਣਾ ਨਾਮ ਟੀਚਰਾਂ ਨੂੰ ਦੇ ਦੇਣ ਤੇ ਫਿਰ ਉਹਨਾਂ ਤੋਂ ਬਾਅਦ ਜਿਹੜੇ ਨਾਮ ਦੇ ਦਿੱਤੇ ਜਾਣਗੇ ਸੂਚੀ ਬਣ ਜਾਏਗੀ ਤੇ ਫਿਰ 7 ਮਾਰਚ ਨੂੰ ਫਾਈਨਲ ਸਿਲੈਕਸ਼ਨ ਹੋ ਜਾਏਗੀ ਕਿ ਇਸ ਕਲਾਸ 'ਚੋਂ ਇਹ ਬੱਚੇ ਹਿੱਸਾ ਲੈਣਗੇ ਇਸ ਕਲਾਸ 'ਚੋਂ ਇਹ ਬੱਚੇ ਹਿੱਸਾ ਲੈਣਗੇ ਤੇ ਫਾਈਨਲ ਕੁਇਜ਼ ਫਿਰ 13 ਤਰੀਕ ਨੂੰ ਹੋਏਗਾ ਤੇ ਇਥੇ ਲਈ ਦਿਨ ਐਸ ਡੀ ਅਕਸ਼ੇ ਸੈਕਟਰੀ ਸੋ ਇਹ ਹੋ ਗਿਆ ਤੁਹਾਡਾ ਨੋਟਿਸ ਨੰਬਰ 4 ਸੋ ਪਿਆਰੇ ਵਿਦਿਆਰਥੀਓ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਲਗਨ ਦੇ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਰਾਖਾ ਥੈਂਕ ਯੂ ਵੈਰੀ ਮਚ